ਹਰਮਨ ਕੌਰ ਸੋ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ ਸੋ ਇਹਨਾਂ ਦਾ ਕੈਨੇਡਾ ਦਾ ਸਪਾਊਸ ਵੀਜ਼ਾ ਗ੍ਰਾਂਟ ਹੋਇਆ ਦੋ ਤਿੰਨ ਚੀਜ਼ਾਂ 'ਚ ਖਾਸ ਹੈਗੀਆਂ ਪਹਿਲੀ ਚੀਜ਼ ਇਹ ਹੈ ਕਿ ਐਜੂਕੇਸ਼ਨ ਦਾ ਗੈਪ ਬਹੁਤ ਜ਼ਿਆਦਾ ਸੀਗਾ 2009 ਪਾਸ ਆਊਟ ਸਟੂਡੈਂਟ ਦੂਸਰੀ ਚੀਜ਼ ਰਿਫਿਊਜ਼ਲ ਤੀਸਰੀ ਚੀਜ਼ ਸਪਾਊਸ ਬੈਨ ਚੌਥੀ ਚੀਜ਼ ਇਕੱਠਿਆਂ ਦਾ ਵੀਜ਼ਾ ਔਰ ਉਹ ਵੀ ਕੈਨੇਡਾ ਸਪਾਊਸ ਵੀਜ਼ਾ ਜੋ ਕਿ ਨਾ ਕਿਸੇ ਨੇ ਪਹਿਲਾਂ ਸੁਣਿਆ ਸੀਗਾ ਨਾ ਕਦੀ ਹੋਇਆ ਸੀਗਾ ਮੈਨੂੰ ਇਹ ਲੱਗਦਾ ਸੀ ਕਿ ਮੈਂ ਸਟੱਡੀ ਬੇਸ ਤੇ ਕਦੇ ਜਾ ਸਕੂੰਗੀ ਕਿ ਨਹੀਂ ਜਾ ਸਕੂੰਗੀ ਸਾਨੇ ਸਾਨੂੰ ਅਸ਼ੋਰੈਂਸ ਦਿੱਤੀ ਕਿ ਇਹ ਵਾਲਾ ਕੰਮ ਨਹੀਂ ਹੈ ਕਿ ਬਈ ਨਹੀਂ ਹੋ ਸਕਦਾ ਅਸੀਂ ਬੜਿਆਂ ਨੂੰ ਪਹਿਲਾਂ ਵੀ ਟਰਾਈ ਮਾਰੀ ਪਰ ਕਿਤੇ ਸਪਾਊਸ ਵੀਜ਼ਾ ਲੱਗਦਾ ਹੀ ਨਹੀਂ ਸੋ ਸਾਰਿਆਂ ਨੇ ਇਹੀ ਗੱਲ ਕਹੀ ਹੈ ਕਿ 6 ਮਹੀਨੇ ਬਾਅਦ ਅਪਲਾਈ ਕਰ ਸਕਦੇ ਹੋ ਸੋ ਇਹ ਐਪਲੀਕੇਸ਼ਨ ਸੀਗੀ ਜੀ ਜਿਹਦੇ ਵਿੱਚ ਰਿਫਿਊਜ਼ਲ ਆਲਰੇਡੀ ਸੀਗੀ ਆਸਟ੍ਰੇਲੀਆ ਤੋਂ ਸੋ ਤੁਸੀਂ ਇਹ ਚੀਜ਼ ਕਦੇ ਸੁਣੀ ਵੀ ਨਹੀਂ ਸੀਗੀ ਕਿ ਸਪਾਊਸ ਵੀਜ਼ਾ ਇਕੱਠਿਆਂ ਦਾ ਹੁੰਦਾ ਅੱਜ ਵੀਜ਼ਾ ਹੱਥ ਵਿੱਚ ਹੈ ਕੀ ਐਕਸਪੀਰੀਅੰਸ ਹੈ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੇਰੇ ਹਸਬੈਂਡ ਨੂੰ ਵਰਕ ਪਰਮਿਟ ਮਿਲ ਗਿਆ ਉਹਨਾਂ ਨੂੰ ਵਰਕ ਪਰਮਿਟ ਜਿਹੜੇ ਉਹਨਾਂ ਨੇ 7 ਸਾਲ ਇੰਡੀਆ ਆ ਕੇ ਸਟਰਗਲ ਕੀਤਾ ਬਟ ਇੱਕ ਉਮੀਦ ਸੀ ਕਿ ਮੈਂ ਸ਼ਾਇਦ ਕਦੇ ਬਾਹਰ ਜਾਊਂਗਾ ਸੋ ਅਕਸਰ ਲੋਕਾਂ ਦੀਆਂ ਐਡ ਕੈਂਪੇਨਸ ਔਰ ਵੀਡੀਓਜ਼ ਪ੍ਰੋਮੋਸ਼ਨਸ ਦੇਖਣ ਨੂੰ ਮਿਲਦੀਆਂ ਹੈ ਕਿ ਲੋਕ ਕਹਿੰਦੇ ਆ ਕਿ ਕੈਨੇਡਾ ਫਾਈਲ ਲਾਣਾ ਚਾਹੁੰਦੇ ਹੋ ਰੀਸੈਂਟ ਪ੍ਰੋਫਾਈਲ ਹੋਣੀ ਚਾਹੀਦੀ ਹੈ ਤੇ ਵੀਜ਼ਾ ਲੱਗੂਗਾ ਕੈਨੇਡਾ ਫਾਈਲ ਲਾਣਾ ਚਾਹੁੰਦੇ ਹੋ ਸਿੰਗਲ ਅਪਲਾਈ ਹੋਊਗਾ ਸਪਾਊਸ ਦਾ ਵੀਜ਼ਾ 6 ਮਹੀਨੇ ਬਾਅਦ ਅਪਲਾਈ ਹੋਏਗਾ ਸੋ ਦੈਟ ਕਿ ਸਪਾਊਸ ਸਾਲ ਸਵਾ ਸਾਲ ਬਾਅਦ ਪਹੁੰਚੇਗਾ ਸਾਰਿਆਂ ਦੇ ਵਹਿਮ ਕੱਢਾਂਗੇ ਜਿਨ੍ਹਾਂ ਜਿਨ੍ਹਾਂ ਨੂੰ ਵਹਿਮ ਸੀਗਾ ਜਿਨ੍ਹਾਂ ਜਿਨ੍ਹਾਂ ਨੌਲੇਜ ਘੱਟ ਸੀਗੀ ਉਹਨਾਂ ਨੂੰ ਜਵਾਬ ਦਾਂਗੇ ਹਰਮਨ ਕੌਰ ਸੋ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ ਸੋ ਇਹਨਾਂ ਦਾ ਕੈਨੇਡਾ ਦਾ ਸਪਾਊਸ ਵੀਜ਼ਾ ਗ੍ਰਾਂਟ ਹੋਇਆ ਸੋ ਅਕਸਰ ਐਡ ਪ੍ਰੋਮੋਸ਼ਨ ਤੇ ਚੱਲਦੀਆਂ ਨੇ ਜੀ ਤੇ ਵੀਜ਼ੇ ਵੀ ਦਿਖਾਉਂਦੇ ਆ ਤੇ ਅੱਜ ਇੱਕ ਨਵੀਂ ਪ੍ਰੋਫਾਈਲ ਹੈ ਥੋੜ੍ਹਾ ਜਿਹਾ ਚੇਂਜਸ ਜ਼ਰੂਰ ਹੈਗੇ ਇਸ ਪ੍ਰੋਫਾਈਲ ਦੇ ਵਿੱਚ ਸੋ ਅੱਜ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਜੀ ਦੋ ਤਿੰਨ ਚੀਜ਼ਾਂ 'ਚ ਖਾਸ ਹੈਗੀਆਂ ਪਹਿਲੀ ਚੀਜ਼ ਇਹ ਹੈ ਕਿ ਐਜੂਕੇਸ਼ਨ ਦਾ ਗੈਪ ਬਹੁਤ ਜ਼ਿਆਦਾ ਸੀਗਾ 2009 ਪਾਸ ਆਊਟ ਸਟੂਡੈਂਟ ਦੂਸਰੀ ਚੀਜ਼ ਰਿਫਿਊਜ਼ਲ ਤੀਸਰੀ ਚੀਜ਼ ਸਪਾਊਸ ਬੈਨ ਚੌਥੀ ਚੀਜ਼ ਇਕੱਠਿਆਂ ਦਾ ਵੀਜ਼ਾ ਔਰ ਉਹ ਵੀ ਕੈਨੇਡਾ ਸਪਾਊਸ ਵੀਜ਼ਾ ਜੋ ਕਿ ਨਾ ਕਿਸੇ ਨੇ ਪਹਿਲਾਂ ਸੁਣਿਆ ਸੀਗਾ ਨਾ ਕਦੀ ਹੋਇਆ ਸੀਗਾ ਸੋ ਅਕਸਰ ਅਸੀਂ ਹਮੇਸ਼ਾ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਹਾਂ ਅਤੇ ਅੱਜ ਨਵੀਂ ਸਕਸੈਸ ਸਟੋਰੀ ਦੇ ਨਾਲ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਜੀ ਹਰਮਨ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਆ ਤੁਹਾਡਾ ਸਟੂਡੈਂਟ ਵੀਜ਼ਾ ਜੀ ਤੇ ਆ ਤੁਹਾਡੇ ਸਪਾਊਸ ਦਾ ਤੁਹਾਡੇ ਸਪਾਊਸ ਨਹੀਂ ਆਏ ਥੋੜੇ ਕੰਮ ਕਰਕੇ ਬਿਜ਼ੀ ਸੀ ਓਕੇ ਕੰਮ ਕਰਕੇ ਬਿਜ਼ੀ ਸੀਗੇ ਤੇ ਤੁਸੀਂ ਫਾਦਰ ਇਨ ਲਾਅ ਅੱਛਾ ਤੁਹਾਡੇ ਬੇਟੇ ਆ ਨਾ ਉਹ ਹਾਂਜੀ ਠੀਕ ਹੈ ਤੇ ਤੁਸੀਂ ਲਾਈਕ ਥੋੜਾ ਜਿਹਾ ਐਕਸਪੀਰੀਅੰਸ ਦੱਸੋਗੇ ਕਿ ਓਮ ਗਲੋਬਲ ਜਦੋਂ ਤੁਸੀਂ ਪਹਿਲੇ ਆਏ ਮਤਲਬ ਕੀ ਐਕਸਪੀਰੀਅੰਸ ਸੀਗਾ ਤੁਹਾਡਾ ਉਦੋਂ ਜਦੋਂ ਮੈਂ ਓਮ ਗਲੋਬਲ ਵਿਜ਼ਿਟ ਕਰਿਆ ਮੇਰੀ ਮੈਂ ਇੰਨੀ ਹਤਾਸ਼ ਉਸ ਟਾਈਮ ਬਿਫੋਰ ਇੰਨੀ ਹਤਾਸ਼ ਹੋ ਚੁੱਕੀ ਸੀ ਮੈਨੂੰ ਇਹ ਲੱਗਦਾ ਸੀ ਕਿ ਮੈਂ ਸਟੱਡੀ ਬੇਸ 'ਤੇ ਕਦੇ ਜਾ ਸਕੂੰਗੀ ਕਿ ਨਹੀਂ ਜਾ ਸਕੂੰਗੀ ਮਤਲਬ ਇਹ ਅਜਿਹਾ ਡ੍ਰੀਮ ਸੀ ਜਿਹੜਾ ਮੈਨੂੰ ਬਹੁਤ ਔਖਾ ਲੱਗਦਾ ਸੀ ਸੈਕਿੰਡਲੀ ਮੇਰੇ ਹਸਬੈਂਡ ਆਲਰੇਡੀ ਡਿਪੋਰਟ ਸੀ ਅਤੇ ਮੈਨੂੰ ਉਮੀਦ ਘੱਟ ਸੀ ਸ਼ਾਇਦ ਇਹੀ ਲੱਗਦਾ ਸੀ ਕਿ ਉਹ ਜਾਣਗੇ ਪਹਿਲਾਂ ਫਿਰ ਮੈਂ ਜਾਊਂਗੀ ਜਾਂ ਮੈਂ ਜਾਊਂਗੀ ਫਿਰ ਉਹਨਾਂ ਨੂੰ ਸਟਰਗਲ ਕਰਨਾ ਪਏਗਾ ਵੈਸੇ ਪ੍ਰੋਫਾਈਲ ਕੀ ਸੀਗਾ ਤੁਹਾਡਾ ਐਜੂਕੇਸ਼ਨ ਦਾ ਮੇਰਾ 2009 'ਚ ਮੈਂ BSc ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਮੈਂ ਕੰਟੀਨਿਊਸਲੀ ਵਰਕ ਇੰਡਸਟਰੀ 'ਚ ਸੀਗੀ ਐਜ਼ ਅ ਟੀਚਰ ਹੁਣੇ ਵੀ ਮੈਂ ਰੀਸੈਂਟਲੀ ਇੱਥੇ ਵੀ ਕੰਮ ਕਰ ਰਹੀ ਸੀ ਸੋ ਮੈਨੂੰ ਲੱਗ ਰਿਹਾ ਸੀ ਕਿ ਸਟੂਡੈਂਟ ਵੀਜ਼ਾ ਇੰਨੇ ਜ਼ਿਆਦਾ 13 ਸਾਲ ਦੇ ਗੈਪ ਦੇ ਬਾਅਦ ਇੱਕ ਬਹੁਤ ਵੱਡਾ ਚੈਲੰਜ ਸੀ ਦੈਨ ਅਸੀਂ ਓਮ ਗਲੋਬਲ ਵਿਜ਼ਿਟ ਕੀਤਾ ਅਤੇ ਸਰ ਨੂੰ ਮਿਲ ਕੇ ਸਰ ਨੇ ਸਾਨੂੰ ਅਸ਼ੋਰੈਂਸ ਦਿੱਤੀ ਕਿ ਇਹ ਵਾਲਾ ਕੰਮ ਨਹੀਂ ਹੈ ਕਿ ਬਈ ਨਹੀਂ ਹੋ ਸਕਦਾ ਮੀਨਸ ਤੁਸੀਂ ਪਹਿਲਾਂ ਮੇਰੇ ਕੋਲ ਆਏ ਸੀ ਕਿ USA ਵਾਸਤੇ USA ਵਾਸਤੇ ਤੁਸੀਂ ਕਹੀ ਸਪਾਊਸ ਅਪਲਾਈ ਕਰਨਾ ਹੈ ਤੇ ਅਗਰ ਤੁਹਾਨੂੰ ਵੀ ਯਾਦ ਹੋਊਗਾ ਤੁਸੀਂ ਮਿਲੇ ਸੀਗੇ ਉਦੋਂ ਮੈਨੂੰ ਕਿ ਤੁਸੀਂ ਕਿਹਾ ਹੈ ਕਿ ਮਤਲਬ ਕੀ ਰਹਿੰਦੀ ਹੈ ਸਰ ਤੁਸੀਂ ਪੇਰੈਂਟ ਹੋ ਬੱਚੇ ਦੇ ਹਨਾ ਕੀ ਤੁਹਾਨੂੰ ਰਹਿੰਦਾ ਹੈ ਕਿ ਇਕੱਠਿਆਂ ਨੂੰ ਕਿਉਂ ਭੇਜਣਾ ਚਾਹੀਦਾ ਹੈ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਇਕੱਠਿਆਂ ਨੂੰ ਇੱਕ ਕਰਕੇ ਭੇਜਣਾ ਚਾਹੀਦਾ ਮੁੜ ਕੇ 6 ਮਹੀਨੇ ਪਤਾ ਹੀ ਨਹੀਂ ਵੀਜ਼ਾ ਆਉਣਾ ਕਿ ਨਹੀਂ ਆਉਣਾ ਉਹਦਾ ਕੋਈ ਪਤਾ ਨਹੀਂ ਅਸੀਂ ਬੜਿਆਂ ਨੂੰ ਪਹਿਲਾਂ ਵੀ ਟਰਾਈ ਮਾਰੀ ਪਰ ਕਿਤੇ ਸਪਾਊਸ ਵੀਜ਼ਾ ਲੱਗਦਾ ਹੀ ਨਹੀਂ ਸੀ ਸੋ ਸਾਰਿਆਂ ਨੇ ਇਹੀ ਗੱਲ ਕਹੀ ਹੈ ਕਿ 6 ਮਹੀਨੇ ਬਾਅਦ ਅਪਲਾਈ ਕਰ ਸਕਦੇ ਹੋ ਵੀਜ਼ਾ ਤੁਸੀਂ ਆਪ ਕਹਿੰਦੇ ਹੋ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਔਰ 6 ਮਹੀਨੇ ਬਾਅਦ ਜਦੋਂ ਅਪਲਾਈ ਹੋਗਾ 5 ਤੋਂ 6 ਮਹੀਨੇ ਵੀਜ਼ਾ ਆਫੀਸਰ ਲਏਗਾ ਜੀ ਪ੍ਰੋਸੈਸਿੰਗ ਕਰਨ ਦੇ ਵਿੱਚ ਸਾਲ ਬਾਅਦ ਵੀ ਪਤਾ ਨਹੀਂ ਵੀਜ਼ਾ ਆਣਾ ਕਿ ਨਹੀਂ ਆਣਾ ਹੁਣ ਖੁਸ਼ ਹੋ ਇਕੱਠਿਆਂ ਦੇ ਵੀਜ਼ੇ ਲੱਗ ਗਏ ਬਹੁਤ ਬਹੁਤ ਤੁਹਾਡਾ ਥੈਂਕਸ ਧੰਨਵਾਦ ਠੀਕ ਹੈ ਜੀ ਸੋ ਇਹ ਐਪਲੀਕੇਸ਼ਨ ਸੀਗੀ ਜੀ ਜਿਹਦੇ ਵਿੱਚ ਰਿਫਿਊਜ਼ਲ ਆਲਰੇਡੀ ਸੀਗੀ ਆਸਟ੍ਰੇਲੀਆ ਤੋਂ ਸਪਾਊਸ ਬੈਨ ਇਕੱਠਿਆਂ ਦਾ ਵੀਜ਼ਾ ਲਵਾਇਆ ਮੈਂ ਗੁਜ਼ਾਰਿਸ਼ ਕਰੂੰਗਾ ਜੀ ਥੋੜ੍ਹਾ ਜਿਹਾ ਫੋਕਸ ਕਰਕੇ ਦਿਖਾਈਓ ਵੀਜ਼ੇ ਨੂੰ ਕਿ ਇਕੱਠਿਆਂ ਦਾ ਜਿਹੜਾ ਵੀਜ਼ਾ ਗ੍ਰਾਂਟ ਹੋਇਆ ਸੋ ਤੁਸੀਂ ਇਹ ਚੀਜ਼ ਕਦੇ ਸੁਣੀ ਵੀ ਨਹੀਂ ਸੀਗੀ ਕਿ ਸਪਾਊਸ ਵੀਜ਼ਾ ਇਕੱਠਿਆਂ ਦਾ ਹੁੰਦਾ ਅੱਜ ਵੀਜ਼ਾ ਹੱਥ ਵਿੱਚ ਹੈ ਕੀ ਐਕਸਪੀਰੀਅੰਸ ਹੈ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੇਰੇ ਹਸਬੈਂਡ ਨੂੰ ਵਰਕ ਪਰਮਿਟ ਮਿਲ ਗਿਆ ਉਹਨਾਂ ਨੂੰ ਵਰਕ ਪਰਮਿਟ ਜਿਹੜੇ ਉਹਨਾਂ ਨੇ 7 ਸਾਲ ਇੰਡੀਆ ਆ ਕੇ ਸਟਰਗਲ ਕੀਤਾ ਬਟ ਇੱਕ ਉਮੀਦ ਸੀ ਕਿ ਮੈਂ ਸ਼ਾਇਦ ਕਦੇ ਬਾਹਰ ਜਾਊਂਗਾ ਔਰ ਮੇਰੀ ਇਹ ਖੁਆਇਸ਼ ਸੀ ਦਿਲੀ ਖੁਆਇਸ਼ ਸੀ ਕਿ ਮੈਂ ਸ਼ਾਇਦ ਸਟੱਡੀ
ਵੀਜ਼ਾ ਅੱਗੇ ਮੈਨੂੰ ਗ੍ਰਾਂਟ ਹੋਏ ਮੈਂ ਕਿਸੇ ਤਰੀਕੇ ਨਾਲ ਅੱਗੇ ਆਪਣਾ ਪੜ੍ਹਨ ਦਾ ਸੁਪਨਾ ਪੂਰਾ ਕਰ ਸਕਾਂ ਕਿਉਂਕਿ ਇੰਡੀਆ ਦੇ ਵਿੱਚ ਬਹੁਤ ਸਟਰਗਲ ਹੈ ਐਂਡ ਮੈਨੂੰ ਜਦੋਂ ਵੀ ਮੈਂ ਇੱਥੇ ਆਈ ਇੱਕ ਓਮ ਗਲੋਬਲ ਆਈ ਤਾਂ ਮੈਨੂੰ ਇੱਕ ਹੋਪ ਦਾ ਇੱਕ ਜ਼ਰੀਆ ਨਜ਼ਰ ਆਇਆ ਕਿ ਸ਼ਾਇਦ ਮੇਰਾ ਇਹ ਡ੍ਰੀਮ ਪੂਰਾ ਹੋ ਸਕਦਾ ਐਂਡ ਜਦੋਂ ਸਾਡਾ ਸਰ ਨੇ ਵੀਜ਼ਾ ਮਤਲਬ ਸਾਡਾ ਗ੍ਰਾਂਟ ਹੋਇਆ ਅਤੇ ਅਸੀਂ ਇੰਨੇ ਖੁਸ਼ ਹੋਏ ਕਿ ਸ਼ਾਇਦ ਜਿੱਥੇ ਨਾ ਉਮੀਦ ਵੀ ਹੁੰਦੀ ਹੈ ਜਿੱਥੇ ਕੋਈ ਉਮੀਦ ਨਹੀਂ ਹੁੰਦੀ ਉੱਥੇ ਵੀ ਰੱਬ ਨਾਲ ਹੁੰਦਾ ਅਤੇ ਰੱਬ ਕੰਮ ਕਰਦਾ ਹੈ ਅਤੇ ਮੇਰੀ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਓਮ ਗਲੋਬਲ ਦੇ ਵਿੱਚ ਆਏ ਅਤੇ ਵਿਜ਼ਿਟ ਕਰੀਏ ਅਤੇ ਦੇਖੀਏ ਕਿ ਸਾਰਿਆਂ ਦੇ ਇੱਥੇ ਸੁਪਨੇ ਪੂਰੇ ਹੁੰਦੇ ਨੇ ਅਤੇ 100% ਸਕਸੈਸ ਰੇਟ ਦੇ ਨਾਲ ਤੁਹਾਨੂੰ ਤੁਹਾਡਾ ਵੀਜ਼ਾ ਹਾਸਿਲ ਹੋਵੇਗਾ। ਥੈਂਕ ਯੂ ਸੋ ਮਚ ਜੀ। ਸੋ ਜਿਹੜੇ ਵੀ ਐਸੇ ਐਪਲੀਕੈਂਟ ਹੈਗੇ ਕਿ ਹਜੇ ਵੀ ਲੱਗਦਾ ਆ ਤੁਹਾਡੇ ਕੰਸਲਟੈਂਟ ਕਹਿੰਦੇ ਕਿ ਸਿੰਗਲ ਨੂੰ ਪਹਿਲਾਂ ਭੇਜਾਂਗੇ ਸਪਾਊਸ ਭੇਜਾਂਗੇ ਬਾਅਦ 'ਚ, ਇੰਨੀ ਕੰਪਲੀਕੇਸ਼ਨਸ ਤੋਂ ਬਾਅਦ ਲਾਈਵ ਰਿਜ਼ਲਟ ਦਿਖਾ ਰਹੇ ਹਾਂ ਜੀ, ਵੀਜ਼ਾਸ ਗ੍ਰਾਂਟ ਹੋਏ ਆ ਕੈਨੇਡਾ ਦੇ ਸਪਾਊਸ ਵੀਜ਼ਾ, ਜਿਹਦੇ ਵਿੱਚ ਸਟੂਡੈਂਟ ਦੇ ਨਾਲ ਨਾਲ ਸਪਾਊਸ ਨੂੰ ਵਰਕ ਪਰਮਿਟ ਗ੍ਰਾਂਟ ਹੋਇਆ ਔਰ ਗ੍ਰਾਂਟ ਵੀ ਹੋਇਆ ਪ੍ਰਾਈਵੇਟ ਕਾਲਜ ਦੇ ਵਿੱਚ। ਲੋਕਾਂ ਨੂੰ ਨਾ ਅਕਸਰ ਰਹਿੰਦਾ ਕਿ ਭਾਅ ਜੀ ਪ੍ਰਾਈਵੇਟ 'ਚ ਵੀਜ਼ਾ ਨਹੀਂ ਲੱਗਦਾ ਜਾਂ ਗਵਰਨਮੈਂਟ 'ਚ ਵੀਜ਼ਾ ਨਹੀਂ ਲੱਗਦਾ। ਸੋ ਇੱਕ ਚੀਜ਼ ਮੈਂ ਹਮੇਸ਼ਾ ਕਹਿੰਦਾ ਕਿ ਐਪਲੀਕੇਸ਼ਨ ਤੁਹਾਡੀ ਐਲੀਜੀਬਲ ਕਿੱਥੇ ਦੀ ਹੈ, ਕਿਹੜਾ ਕੋਰਸ ਕਿੱਥੇ ਅਵੇਲੇਬਲ ਹੈਗਾ। ਹੁਣ ਅੱਜ ਕੋਈ ਕੋਰਸ ਹੈ ਐਗਜ਼ਾਮਪਲ ਗਵਰਨਮੈਂਟ ਕਾਲਜ ਦੇ ਵਿੱਚ ਅਵੇਲੇਬਲ ਹੈ ਬਟ ਉਹ ਰੈਲੀਵੈਂਟ ਨਹੀਂ ਹੈਗਾ, ਵੀਜ਼ਾ ਰਿਫਿਊਜ਼ ਹੋਏਗਾ। ਸੋ ਕੋਰਸ ਰੈਲੀਵੈਂਸੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਅਗਰ ਤੁਸੀਂ ਟਰੱਸਟ ਕਰਦੇ ਹੋ ਤਾਂ ਰਿਜ਼ਲਟ ਤੁਹਾਡੇ ਸਾਹਮਣੇ ਹੈ। ਉਮੀਦ ਕਰਦਾ ਕਿ ਇਹ ਵੀਡੀਓ ਜ਼ਰੀਏ ਕਾਫੀ ਸਟੂਡੈਂਟ ਨੂੰ ਉਹਨਾਂ ਦੇ ਕੁਸ਼ਚਨਾਂ ਦੇ ਜਵਾਬ ਮਿਲੇ ਹੋਣਗੇ। ਧੰਨਵਾਦ।